ਸਾਡੇ ਫਿਲਮਸ ਦੇ ਵਾਸਤੇ ਤੁਸੀਂ ਸਕੂਲਿੰਗ ਕਰ ਲਓ, ਕੋਰਸਸ ਕਰ ਲਓ, ਡਿਗਰੀਜ਼ ਕਰ ਲਓ, ਬਟ ਜਦ ਤੱਕ ਤੁਸੀਂ ਸੈੱਟ 'ਤੇ ਨਹੀਂ ਜਾਂਦੇ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ ਟੈਕਨੀਕਲ ਲੈਂਗੁਏਜ ਦਾ, ਸੈੱਟ ਦਾ, ਮੂਵੀ ਦੇ ਮਾਹੌਲ ਦਾ, ਤੁਹਾਡਾ ਫੀਅਰ ਨਹੀਂ ਨਿਕਲਦਾ। ਸੋ ਉਸ ਵਕਤ ਮੈਂ ਉਹ ਮੂਵੀ ਕੀਤੀ ਔਰ ਮੈਨੂੰ ਬਹੁਤ ਲੋਕਾਂ ਦੇ ਰਿਵਿਊਜ਼ ਆਏ ਕਿ ਆਵਾਜ਼ ਦੇ ਵਿੱਚ ਉਹ ਗੜਕ ਨਹੀਂ ਹੈ, ਫੇਸ 'ਤੇ ਥੋੜ੍ਹੀ ਜ਼ਿਆਦਾ ਇਨੋਸੈਂਸ ਹੈ, ਤੁਹਾਡੇ 'ਚ ਆਹ ਚੇਂਜ ਹੋਣਾ ਚਾਹੀਦਾ। ਦੈਟਸ ਵਾਈ ਮੈਨੂੰ ਲੱਗਿਆ ਕਿ ਮੈਨੂੰ ਥੋੜ੍ਹਾ ਬੈਕ ਸਟੈਪ ਕਰਨਾ ਚਾਹੀਦਾ ਔਰ ਮੈਂ ਜਦੋਂ ਵਾਪਸ ਆਵਾਂ ਔਰ ਇੱਕ ਇਮੋਸ਼ਨਸ ਦੀ ਮੈਚਿਓਰਿਟੀ ਔਰ ਪਰਸਨੈਲਿਟੀ ਦੀ ਮੈਚਿਓਰਿਟੀ ਔਰ ਓਵਰਆਲ ਬਹੁਤ ਕੁਛ ਐਕਸਪੀਰੀਅੰਸ ਲੈ ਕੇ ਆਵਾਂ ਮੂਵੀਜ਼ ਦੇ ਵਿੱਚ। ਬਟ ਯੈਸ, ਮੈਂ ਇੰਟਰਵਿਊਜ਼ ਦੇ ਵਿੱਚ ਬਹੁਤ ਵਾਰ ਬੋਲਿਆ ਵੀ ਆ ਔਰ ਮੇਰੇ ਕਾਫੀ ਫੈਨਸ ਮੈਨੂੰ ਕਹਿੰਦੇ ਕਿ ਤੁਸੀਂ ਕਹਿੰਦੇ ਸੀ ਮੂਵੀ ਕਰਨੀ ਨਹੀਂ ਹੈਗੀ। ਮੈਂ ਬਹੁਤ ਕਲੀਅਰਲੀ ਇਹ ਗੱਲ ਕਹੀ ਸੀ ਕਿ ਜਦੋਂ ਬਹੁਤ ਸਾਹਮਣੇ ਹੁੰਦੀ, ਬਹੁਤ ਇੱਜ਼ਤ ਨਾਲ, ਬਹੁਤ ਰਿਸਪੈਕਟ ਨਾਲ ਮੈਨੂੰ ਬਹੁਤ ਪਿਆਰ ਨਾਲ ਵੈਲਕਮ ਕੀਤਾ ਜਾਊਗਾ ਕਿ ਆਓ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ ਤੁਸੀਂ ਕਰੋ ਔਰ ਫਿਰ ਮੈਂ ਆਪਣਾ ਸਿਰ ਝੁਕਾਉਂਗੀ। ਯੈਸ, ਮੈਨੂੰ ਫੋਨ ਆਇਆ, ਮੈਨੂੰ ਰਾਣਾ ਰਣਵੀਰ ਜੀ ਨੇ ਕੈਨੇਡਾ ਤੋਂ ਕਾਲ ਕੀਤਾ ਸੀ ਔਰ ਮੈਂ ਉਹਨਾਂ ਨੂੰ ਸਿੱਧਾ ਇਹ ਗੱਲ ਕਹੀ ਸੀ, ਤੁਸੀਂ ਜਿਹੜਾ ਰੋਲ ਮੈਨੂੰ ਦੇਣਾ ਦੇ ਦਿਓ, ਮੈਂ ਇਸ ਟੀਮ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ। ਸੋ ਮੇਰਾ ਉਸ ਤੋਂ ਬਾਅਦ ਐਕਸਪੀਰੀਅੰਸ ਆਲਵੇਜ਼ ਇਹੀ ਰਿਹਾ ਹੈ ਕਿ ਸੈੱਟ ਦੇ ਉੱਤੇ ਸਾਨੂੰ ਬਹੁਤ ਪਿਆਰ ਨਾਲ ਸਾਡੀ ਹਰ ਚੀਜ਼ ਸੁਣੀ ਗਈ ਐਂਡ ਬਹੁਤ ਵਧੀਆ ਤਰੀਕੇ ਨਾਲ ਐਕਸਪੀਰੀਅੰਸ ਦਿੱਤਾ ਗਿਆ। ਮੈਂ ਸਟਿਲ ਹਲੇ ਨਹੀਂ ਕਹਿੰਦੀ ਕਿ ਮੈਂ ਇਸ ਫਿਲਮ ਦੇ ਵਿੱਚ, ਕਿਉਂਕਿ ਪੂਰਾ ਓਵਰਆਲ ਤੁਹਾਨੂੰ ਜੋ ਬਹੁਤ ਹਾਈ ਲੈਵਲ ਕੈਰੈਕਟਰ ਦੇਖਣ ਨੂੰ ਮਿਲੇਗਾ ਉਹ ਮਿਲੇਗਾ ਦਿੱਪੀ ਜੀ ਦਾ। ਅਸੀਂ ਇੱਕ ਸਪੋਰਟਿੰਗ ਕਾਸਟ ਹਾਂ ਕਿਉਂਕਿ ਫਿਲਮ ਦੇ ਵਿੱਚ ਹਰ ਪਰਸਨ ਦੀ ਕਹਾਣੀ ਜੁੜੀ ਹੋਈ ਹੈ, ਬਟ ਸੈਂਟਰ ਆਫ ਅਟਰੈਕਸ਼ਨ ਇਜ਼ ਦਿੱਪੀ ਜੀ। ਸੋ ਇਸ ਫਿਲਮ ਤੋਂ ਮੈਂ ਕਹਿ ਸਕਦੀ ਹਾਂ ਕਿ ਮੈਂ ਇੱਕ ਨਵਾਂ ਐਕਸਪੀਰੀਅੰਸ ਗੇਨ ਕੀਤਾ ਐਂਡ ਯੈਸ, ਵਾਸਟ ਸਿਨੇਮਾ ਜਿਹੜਾ ਆ ਮੈਂ ਉਹਦਾ ਪਾਰਟ ਬਣੀ ਹਾਂ, ਦੈਟ ਇਜ਼ ਮੋਰ ਇੰਪੋਰਟੈਂਟ, ਕਿਉਂਕਿ ਉਸ ਵਕਤ ਫਿਲਮਾਂ ਕੁਛ ਹੋਰ ਲੈਵਲ 'ਤੇ ਬਣਦੀਆਂ ਸੀ। ਅੱਜ ਫਿਲਮਾਂ ਪੂਰੀ ਟੈਕਨੋਲੋਜੀ, ਪੂਰੀ ਫੁੱਲ ਆਫ ਬਜਟ ਐਂਡ ਪ੍ਰੋਪਰ ਹਰ ਤਰੀਕੇ ਨੂੰ ਮੈਨੇਜ ਕਰਕੇ ਬਣਦੀਆਂ। ਹੁਣ ਫਿਲਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈਗੀ।